ਜਿਹੜੇ ਅਮਰੁੱਧ ਘਟਾਲੇ ਦੇ ਵਿੱਚ ਆਈਐਸ ਦੀ ਜਿਹੜੀ ਘਰਵਾਲੀਆਂ ਨੇ ਉਹਨਾਂ ਨੂੰ ਤੇ ਛੱਡ ਦਿੱਤਾ ਗਿਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਪਰ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਇੱਕ ਇੱਕ ਦੋ ਦੋ ਤਿੰਨ ਦਿਨ ਕਰਕੇ ਅੰਦਰ ਕੀਤਾ ਜਾ ਰਿਹਾ ਹੈ ਇੱਕ 91 ਸਾਲ ਦੀ ਬਜ਼ੁਰਗ ਲੇਡੀ ਨੂੰ ਵੀ ਅੰਦਰ ਕਰ ਦਿੱਤਾ ਗਿਆ ਉਹ ਮਸਲਾ ਕੀ ਹੈਗਾ ਮਨਦੀਪ ਸਭ ਤੋਂ ਵੱਡੀ ਇਹ ਗੱਲ ਹੈ ਕਿ ਪੰਜਾਬ ਦੇ ਵਿੱਚ ਆਈਐਸ ਅਫਸਰ ਹੈ ਇਹ ਅਸਲੀ ਰਾਜੇ ਮਹਾਰਾਜ ਹੈ ਇਹਨਾਂ ਦਾ ਪੰਜਾਬ ਦੇ ਵਿੱਚ ਮੈਂ ਕਿੰਨੀਆਂ ਸਰਕਾਰਾਂ ਦੇਖ ਰਹੀਆਂ ਦੋ ਵਾਰਾਂ ਕਾਲੀਦਲ ਦੀ ਸਰਕਾਰ ਦੇਖ ਲਈ ਆ ਔਰ ਕਾਂਗਰਸ ਦੀ ਸਰਕਾਰ ਵੇਖ ਲਈਏ ਜੇ ਵੈਸੇ ਡੂਰਿੰਗ ਆਪਣੀ এডਿਕੇਸ਼ਨ ਦੇ ਦੌਰਾਨ ਸਤਨੇ ਵਾਲੀ ਸਰਕਾਰ ਵੀ ਦੇਖੀ ਪੰਜਾਬ ਦੇ ਵਿੱਚ ਆਈਐਸ ਆਈਪੀਐਸ ਅਫਸਰਾਂ ਦਾ ਨਹੀਂ ਕੁਝ ਵਿਗੜਿਆਗਾ ਮਤਲਬ 97 ਤੋਂ ਲੈ ਕੇ ਜੇ ਮੈਂ ਆਪਣੀ ਦੇਖਿਆ ਕਿ ਮੈਂ ਬੜਾ ਪੋਲਿਟਿਕਸ ਨੂੰ ਨਜ਼ਰੋਂ ਦੇਖਿਆ ਹੁਣ ਤੱਕ ਪੰਜਾਬ ਦੇ ਇੱਕ ਵੀ ਆਈਐਸ ਆਈਪੀਐਸ ਦਾ ਨਹੀਂ ਵਿਗੜਿਆ ਵਾਲ ਵਿੰਗਾ ਨਹੀਂ ਹੋਇਆ ਇਹ ਡਰਾ ਦਿੰਦੇ ਨੇ ਧਮਕਾ ਦਿੰਦੇ ਆ ਕਿ ਨੇ ਜਿਵੇਂ ਪਿੱਛੇ ਜੇ ਨੀਲਮਾ ਦੇ ਚੱਕਰ ਚ 70 ਆਈਐਸ ਇਕੱਠੇ ਹੋ ਕੇ ਆ ਗਏ ਤੇ ਸਰਕਾਰ ਡਰ ਗਈ ਹੁਣ ਦੇਖੋ ਪੰਜਾਬ ਵਿਜੀਲੈਂਸ ਬਿਊਰੋ ਨੂੰ ਕੋਈ ਸ਼ਰਮ ਨਹੀਂ ਆਈ ਹੈਗੀ ਇੱਕ 90 ਸਾਲ ਦੀ ਜਨਾਨੀ ਉਸੀ ਬੀਬੀ ਚੁੱਕ ਲਿਆਂਦੀ ਪਤਾ ਨਹੀਂ ਰੱਬ ਨੇ ਕਦੋਂ ਸਾਹ ਪੂਰੇ ਕਰਦੇ ਨੇ ਹੈਗੇ ਨੇ ਤੁਸੀਂ ਚੱਕ ਕੇ ਕਦਮਾ ਦਰਜ ਕਰਤਾ ਤੇ ਆਈਐਸ ਅਫਸਰ ਜਿਹਦੇ ਖਾਤੇ ਦੇ ਵਿੱਚ ਇੱਕ ਅੱਧੀ ਜਨਾਨੀ ਦੇ ਖਾਤੇ 'ਚ 1 ਕਰੋੜ 35 ਲੱਖ ਗਿਆ ਔਰ ਇੱਕ ਦੇ ਖਾਤੇ 'ਚ 65 ਲੱਖ ਰੁਪਏ ਗਿਆ ਤੁਸੀਂ ਉਹਨਾਂ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਤੁਸੀਂ ਉਹਨਾਂ ਨੂੰ ਸੱਮਣ ਵੀ ਨਹੀਂ ਕੀਤਾ ਤਲਬ ਵੀ ਨਹੀਂ ਕੀਤਾ ਹੈਗਾ ਮਤਲਬ ਜੇ ਆਈਐਸ ਅਫਸਰ ਜਾਂ ਆਈਐਸ ਅਫਸਰਾਂ ਦੀ ਘਰ ਵਾਲੀਆਂ ਕਰਨ ਤੇ ਫਿਰ ਜੋ ਮਾਪ ਤਾਨੂੰ ਸੱਤ ਗੁਣ ਮਾਪ ਆ ਤੇ ਉਹ ਵਿਚਾਰੀ ਜਿਹੜੀ 29 ਸਾਲ ਦੀ ਬੀਬੀ ਐ ਬਜ਼ੁਰਗ ਉਹ ਸੋਚਦੀ ਨਹੀਂ ਕਾਸ਼ ਮੈਂ ਵੀ ਕਿਸੇ ਆਈਐਸ ਅਫਸਰ ਦੀ ਮਾਂ ਹੁੰਦੀ ਕਿਸੇ ਪੀਸੀਐਸ ਅਫਸਰ ਦੀ ਮਾਂ ਹੁੰਦੀ ਚਾਚੀ ਹੁੰਦੀ ਤਾਈ ਹੁੰਨੀ ਦਾਦੀ ਹੁੰਦੀ ਤੇ ਮੈਨੂੰ ਵੀ ਨਹੀਂ ਕੋਈ ਫੜਦਾਗਾ ਮਤਲਬ ਗਰੀਬ ਨੂੰ ਫੜ ਲਓ ਤੇ ਅਮੀਰ ਨੂੰ ਤੁਹਾਡਾ ਜੋ ਮਰਜ਼ੀ ਕਰੀ ਜਾ ਲੈ ਔਰ ਮੈਨੂੰ ਤੇ ਭਗਵੰਤ ਮਾਨ ਸਾਹਿਬ ਤੇ ਵੀ ਆਉਂਦਾ ਕਿ ਤੁਸੀਂ ਉਹ ਡੀਸੀ ਨੂੰ ਬਿਠਾ ਕੇ ਰੱਖਿਆ ਜਿਸ ਡੀਸੀ ਨੇ ਫਰਜੀ ਦਸਤਾਵੇਜ਼ ਕਰਕੇ ਬਾਗ ਘਟਾਲਾ ਕੀਤਾ ਅਮਰੂਦ ਇੱਕ 1.5 ਕਰੋੜ ਰੁਪਏ ਆਪਣੇ ਖਾਤੇ ਚ ਆਪਣੀ ਘਰ ਵਾਲੀ ਦੇ ਨਾਮ ਤੇ ਪਵਾ ਗਿਆ ਉਹਦੀ ਘਰ ਵਾਲੀ ਦੀ ਜਮਾਨਤ ਜਬਤ ਹੋ ਗਈ ਤੇ ਤੁਸੀਂ ਉਹਨਾਂ ਜੇ ਡੀਸੀ ਤੋਂ ਨਹੀਂ ਲਾਇਆ ਇੱਕ ਕਮਿਸ਼ਨਰ ਦੀ ਘਰ ਵਾਲੀ ਦੇ ਖਾਤੇ ਗੇ ਘਰ ਐਫ ਆਈ ਆਰ ਦੇ ਵਿੱਚ ਉਹਦੇ ਘਰ ਦਾ ਐਡਰੈਸ ਹੈਗਾ ਵਿਜੀਲੈਂਸ ਨੇ ਪੜਦਾ ਪਾ ਦਿੱਤਾ ਹੈਗਾ ਤੁਸੀਂ ਉਹਨੂੰ ਹੱਲੇ ਵੀ ਕਮਿਸ਼ਨਰ ਲਾ ਕੇ ਰੱਖਿਆ ਇੱਕ 90 ਸਾਲ ਦੀ ਬੀਬੀ ਨੂੰ ਫੜਿਆ ਇੱਕ ਵਿਡੋ ਨੂੰ ਫੜਿਆ ਇੱਕ ਵਿਧਵਾ ਨੂੰ ਫੜਿਆ ਹੈਗਾ ਤੇ ਜਿਹੜੇ ਅਫਸਰ ਫੜਨ ਗਏ ਉਹਨਾਂ ਤੇ ਵੀ ਆਉਂਦੇ ਨੇ ਕਿ ਕਾਸ਼ ਇਹ ਉਹ ਵੀ ਸੋਚਦੇ ਨੇ ਕਿ ਸਾਡੇ ਤੇ ਇਹ ਇੰਨਾ ਦਬਾਅ ਹੈਗਾ ਆਈ ਐਸ ਅਫਸਰ ਨੂੰ ਤੇ ਹੱਥ ਨਹੀਂ ਲਾ ਸਕੋ ਕਦੇ ਸਲੂਟ ਮਾਰਨੇ ਪੈਣੇ ਆ ਉਹ ਜਿਹਦੇ ਘਰ ਗਏ ਜਾਂ ਵਿੱਡੋ ਦੇ ਘਰ ਗਏ ਜਾਂ ਬੀਬੀ ਕੰਨੇ ਸਾਲ ਦੀ ਫੜਨਗੇ ਉਥੇ ਜਾਂ ਚਾਰ ਚਪੇੜਾ ਮਾਰੀਆਂ ਨੇ ਉਲਟਾ ਉਹਨਾਂ ਦੇ ਮੁੰਡਿਆਂ ਦੇ ਜਾਂ ਹੈਨਾ ਤੇ ਇਸ ਕਰਕੇ ਮੈਨੂੰ ਲੱਗਦਾ ਇਸ ਮਸਲੇ 'ਤੇ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਵੀ ਬੋਲੇ ਨੇ ਕਿ ਜਿਹੜੀ ਕਰਪਸ਼ਨ ਵੱਧਦੀ ਜਾ ਰਹੀ ਨਾ ਤੁਸੀਂ ਆਈਐਸ ਅਫਸਰਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਇੱਕ ਨੂੰ ਹੱਲੇ ਵੀ ਡੀਸੀ ਬਣਾ ਕੇ ਰੱਖਿਆ ਇੱਕ ਨੂੰ ਕਮਿਸ਼ਨ ਲਾ ਕੇ ਰੱਖਿਆ ਅਦਯੋਗ ਇਹ ਕੋ ਢਾਲਾ ਐਡਾ ਵੱਡਾ ਹੋਇਆ ਜਿੱਦੇ 'ਚ ਸੱਤ ਬੰਦੇ ਫੜੇ ਇੱਕ ਕੁੜੀ ਉਹ ਫੜੀ ਜਿਹਦਾ ਹਜੇ ਡੇਢ ਮਹੀਨੇ ਦਾ ਬੱਚਾ ਹੈਗਾ ਸੀ ਉਹ ਜੇਲ੍ਹ ਦੇ ਵਿੱਚ ਡੇਢ ਬੱਚੇ ਮਹੀਨੇ ਦਾ ਬੱਚਾ ਗਿਆ ਉਹ ਉੱਥੇ ਉਹਨੂੰ ਦੁੱਧ ਚੰਗਾਉਂਦੀ ਰਹੀ ਮਾਂ ਹੈ ਉਹਨੂੰ ਤੁਸੀਂ ਫੜ ਲਿਆ ਇੱਕ ਨੂੰ ਇੱਕ ਦਾ ਪਿਓ ਮੜੀਆਂ ਚ ਜੇ ਉਹ ਲਾਂਬੂ ਲਾ ਕੇ ਠੇ ਉਹਨੂੰ ਤੁਸੀਂ ਫੜ ਲਿਆ ਦਾ ਤੇ ਆਈਐਸ ਅਫਸਰ ਨੀਲਮਨ ਨੂੰ ਤੁਸੀਂ ਫੜਿਆ ਨਹੀਂ ਇਸ ਮਸਲੇ ਦੇ ਵਿੱਚ ਉਹ ਅਜੇ ਉਹੀ ਗੱਲ ਉਹਨੇ ਪ੍ਰਤਾਪ ਸਿੰਘ ਬਾਯੋ ਜਿਹੜੇ ਵਿਰੋਧੀ ਧਰ ਦੇ ਨੇਤਾ ਕੀਤੇ ਨੇ ਵੀ ਕਰ ਕੀ ਰਹੇ ਹੋ ਤੇ ਤੁਹਾਡੇ ਰੋਜ਼ ਐਮਐਲ ਕੋਈ ਕੋਠੀ ਤੇ ਕਬਜ਼ਾ ਕਰ ਨੂੰ ਫੇਰਦਾ ਕੋਈ ਜ਼ਮੀਨਾਂ ਦੇ ਕਬਜ਼ਾ ਕਰ ਨੂੰ ਫੇਰਦਾ ਹੈਗਾ ਆਈਐਸ ਅਫਸਰ ਠਗੀਆਂ ਮਾਰੇ ਨੇ ਤੇ ਕਾਰਵਾਈ ਕੋਈ ਨਹੀਂ ਹੈਗੀ ਪੁਲਿਸ ਸਾਹਿਬ ਤੁਸੀਂ ਤੇ ਕਹਿ ਦਿੱਤਾ ਇਹ ਗੱਲ ਤੇ ਕਹਿ ਦਿੱਤੀ ਕੀ ਆਈਐਸ ਅਫਸਰਾਂ ਨੂੰ ਤੇ ਸਰਕਾਰ ਦੀ ਫੜਨ ਦੀ ਹਿੰਮਤ ਨਹੀਂ ਹੈਗੀ 48 ਜਿਹੜੇ ਤਹਿਸੀਲਦਾਰ ਨੇ ਉਹਨਾਂ ਦਾ ਸਰਕਾਰ ਨੇ ਕੀ ਕਰ ਲਿਆ ਨਹੀਂ ਨਹੀਂ ਉਹਦੇ ਸਾਰੇ ਲੱਗਦਾ ਸੌਦਾ ਹੋ ਗਿਆ ਉਸ ਮਸਲੇ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਚਿੱਠੀ ਕਢੀ ਮੁਖਸਕਤਰ ਨੇ ਐਫਸੀਆਰ ਰੈਵਨਿਊ ਨੂੰ ਭੇਜਤੀ ਹੈਗੀ ਉਹ ਕੋਈ ਕਾਰਵਾਈ ਨਹੀਂ ਕੀਤੀ ਔਰ ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਜਿਹੜੇ ਮਾਲ ਮੰਤਰੀ ਨੇ ਸੂਬੇ ਦੇ ਬ੍ਰਹਮਸ਼ੰਕਰ ਜਿੰਪਾ ਉਹ ਚੁੱਪ ਨੇ ਉਹ ਕਹਿੰਦੇ ਸੀ ਕਾਰਵਾਈ ਕਰਨੇ ਉਲਟਾ ਕਹਿ ਦਿੰਦਾ ਕਿ ਮੈਕਮੇ ਨੇ ਜਿਹੜੇ ਭ੍ਰਿਸ਼ਟਾਚਾਰ ਦੇ ਖਿਲਾਫ ਮੈਕਮੇ ਦੇ ਵਿੱਚ ਦੋ ਹੈਲਪ ਨੰਬਰ ਜਾਰੀ ਕਰ ਦਿੱਤੇ ਹੈਗੇ ਨੇ ਕਿ ਜੇ ਕੋਈ ਮੈਕਮੇ ਦੇ ਵਿੱਚ ਸ਼ਿਕਾਇਤ ਤੁਹਾਨੂੰ ਮਿਲਦੀ ਤੇ ਇਹਨਾਂ ਦੇ ਨੰਬਰ ਕੋ ਉਹ ਭਲਾ ਮਾਨਸਾ ਤੈਨੂੰ ਸ਼ਿਕਾਇਤ ਕਾਦੀ ਦਰਜ ਕਰਵਾਈਏ ਪੰਜਾਬ ਵਿਜੀਲੈਂਸ ਨੇ ਕਹਿਤਾ ਤੇਰੇ 48 ਜਿਹੜੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਮਾਝੌਰ ਨੇ ਠੀਕ ਹੈ ਤੇ ਉਹਨਾਂ ਦੇ ਖਿਲਾਫ ਕਾਰ ਵੀ ਤੇ ਨਵੇਂ ਸਿਰੋਂ ਲੋਕੀ ਤੈਨੂੰ ਕਿਉਂ ਦੱਸਣ ਜੇ ਤੂੰ ਹੀ ਹੜਤਾਲਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਕੀਤਾਗਾ ਤੇ ਸਰਕਾਰ ਦਾ ਇਸ ਤੇ ਪ੍ਰਭਾਵ ਇਹ ਜਾਂਦਾ ਪੰਜਾਬ ਦੀ ਜਨਤਾ ਦੇ ਵਿੱਚ ਕਿ ਤੁਸੀਂ ਅਫਸਰਾਂ ਤੋਂ ਡਰਦੇ ਹੋ ਵਿਰੋਧੀਆਂ ਨੂੰ ਵੀ ਠੋਕਦੇ ਹੋ ਤੇ ਗਰੀਬ ਤੇ ਵੀ ਕਾਨੂੰਨ ਚਲਾਉਂਦੇ ਹੋ ਨਾ ਤੁਸੀਂ ਪੀਸੀਐਸ ਅਫਸਰਾਂ ਦੇ ਖਿਲਾਫ ਬੋਲਦੇ ਹੋ ਨਾ ਤੁਸੀਂ ਤਹਿਸੀਲਦਾਰ ਨਾ ਤਹਿਸੀਲਦਾਰ ਕਾਨੂੰਗੋ ਤੇ ਫਿਰ ਆਈਐਸ ਅਫਸਰ ਤੇ ਬਹੁਤ ਵੱਡੀ ਗੱਲ ਆ ਫਿਰ ਤੇ ਦੂਰ ਦੀ ਗੱਲ ਆ ਆਈਐਸ ਅਫਸਰ ਨੂੰ ਤੇ ਤੁਸੀਂ ਇਹ ਸਰਕਾਰ ਹੱਤਪਾਉਣ ਬਾਰੇ ਸੋਚ ਵੀ ਨਹੀਂ ਸਕਦੇ ਤੇ ਫਿਰ ਜਦੋਂ ਇਹ ਸਰਕਾਰ ਦੇ ਮੰਤਰੀ ਕਹਿਣਗੇ ਨਾ ਕਿ ਅਸੀਂ ਜੀ ਭ੍ਰਿਸ਼ਟਾਚਾਰ ਦੇ ਮਸਲੇ 'ਚ ਸਾਡੀ ਜ਼ੀਰੋ ਟੋਲਰੈਂਸ ਆ ਉਹਦਾ ਮਤਲਬ ਹੈ ਕਿ ਉਸ ਉਸ ਸਮੇਂ ਜੇ ਕਹਿਣਗੇ ਤੇ ਹਸ ਲੈਣਾ ਚਾਹੀਦਾ ਹੈਗਾ ਕਿਉਂਕਿ ਜਾਂ ਫਿਰ ਸਰਕਾਰ ਨੂੰ ਕਹਦੋ ਕਿ 48 ਬੰਦੇ ਜਿਹੜੇ ਤੁਹਾਡੇ ਵਿਜੀਲੈਂਸ ਬਿਊਰੋ ਉਹੀ ਵਿਰਿੰਦਰ ਸ਼ਰਮਾ ਜਿਹੜੇ ਕਾਂਗਰਸੀ ਐਮਐਲਏ ਤੇ ਮੰਤਰੀਆਂ ਨੂੰ ਫੜ ਰਹੇ ਨੇ ਤੇ ਉਹ 48 ਬੰਦਿਆਂ ਨੂੰ ਕਿਉਂ ਨਹੀਂ ਫੜਦੇ ਆਗੇ ਸੋਸ਼ਲ ਮੀਡੀਆ ਤੇ ਲੋਕ ਕਹਿੰਦਾ ਹੁਣ ਇਹ ਵੀ ਕਹਿਣਾ ਹੋ ਗਿਆ ਕਿ ਮਾਨ ਸਾਹਿਬ 48 ਤਹਿਸੀਲਦਾਰਾਂ ਨੂੰ ਕਾਰਵਾਈ ਕਰਕੇ ਇੱਕ ਬੋਰੋ ਦਾ ਵੀ ਲਾਦਨ ਵੀ ਅਸੀਂ 48 ਤਹਿਸੀਲਦਾਰ ਦੇ ਕਾਰਵਾਈ ਕਰ ਦਿੱਤੀ ਹੈਗੀ ਹੈ ਨਹੀਂ ਜੇ ਕਾਰਵਾਈ ਕਰ ਦੇਣ ਮਾਨ ਸਾਹਿਬ ਤੇ ਫਿਰ ਮੈਂ ਕਹਿੰਦਾ ਇੱਕ ਕਿਉਂ ਮੈਂ ਤਾਂ ਕਵਾਂਗਾ ਕਿ 100 ਲਾਉਣ ਜੇ ਐਡੇ ਮਾ ਚੋਰ ਫੜਨਗੇ ਫਿਰ ਇੱਕ ਕਿਉਂ ਲਾਉਣ ਮੈਨੂੰ ਲੱਗਦਾ ਪੂਰੇ ਪੰਜਾਬ 'ਚ ਹੀ ਲਾਉਣ ਜਿਹੜੇ ਲਾਉਣੇ ਚਾਹੀਦੇ ਬੋਰਡ ਉਹ ਲਾਉਣੇ ਚਾਹੀਦੇ ਹੈਗੇ ਨੇ ਹੁਣ 48 ਜਦੋਂ ਚੋਰ ਫੜੋਗੇ ਤੇ ਉਹਨਾਂ ਦੀ 48 ਚੋਰਾਂ ਦੀਆਂ ਫੋਟੋ ਵੀ ਲਾਓ ਪੂਰੇ ਪੰਜਾਬ 'ਚ ਉਹਨਾਂ ਦੇ ਬੋਰਡ ਵੀ ਲਾਓ ਤਹਿਸੀਲਾਂ ਦੇ ਬਾਹਰ ਲਾਓ ਕਿ ਆਹ ਸਾਡੇ ਚੋਰ ਸੀ ਇਹੀ ਫੜ ਲਏ ਨੇ ਡਿਸਮਿਸ ਕਰ ਦਿੱਤੇ ਹੈਗੇ ਨੇ ਜਿਹੜਾ ਕੰਮ ਕਰਨ ਵਾਲਾ ਚਾਹੀਦਾ ਹੁਣ ਜੇ ਕਹਿ ਦਈਏ ਕਿ ਜੀ ਐਜੂਕੇਸ਼ਨ ਦੇ ਵਿੱਚ ਆਪਾਂ 60 ਕਰੋੜ ਰੁਪਏ ਖਰਚਨੇ ਉਹਦੇ ਇਸ਼ਤਿਹਾਰ ਕਰਨ ਦੀ ਲੋੜ ਨਹੀਂ ਜਿਹੜੀ ਕਾਰਵਾਈ ਆ ਮਾਂ ਚੋਰ ਫੜੋ 48 ਤੇ ਉਹਦੇ ਬੋਰਡ ਜੀ ਸਦਕੇ ਲਾਓ ਲੋਕਾਂ ਨੂੰ ਵੀ ਪਤਾ ਲੱਗੇ ਕਿ ਆ 48 ਚੋਂ ਲੋਕਾਂ ਨੂੰ ਤਾਂ ਪਤਾ ਲੱਗੇ ਨਾ ਕਿ ਅੱਛਾ ਅੱਛਾ ਇਹ ਉਹ ਬੰਦੇ ਦੀ ਉਹ ਫੋਟੋ ਇਹ ਤੇ ਸਾਡੀ ਤਹਿਸੀਲ ਦੇ ਵਿੱਚ ਤਹਿਸੀਲਦਾਰ ਹੈ ਨਾਇਬ ਤਹਿਸੀਲਦਾਰ ਹੈ ਕਿ ਜਿਹੜੇ ਉਹਨਾਂ ਨੇ ਮਾਨ ਸਾਹਿਬ ਨੇ ਇਸ਼ਤਿਹਾਰ ਲੱਗੇ ਨੇ ਵੀ ਅਸੀਂ ਇੰਨੇ ਕ੍ਰਿਪਟ ਬੰਦੇ ਫੜ ਲੈਣੇ ਉਹਨਾਂ ਦੀ ਫੋਟੋ ਵੀ ਤਾਂ ਲਾ ਦੇਣੀ ਚਾਹੀਦੀ ਹੈਗੀਆਂ ਵੈਸੇ ਚਲੋ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਹੜਾ ਫੜਿਆ ਕਿ ਨਹੀਂ ਫੜਿਆ ਪਰ ਆ ਜਿਹੜੇ 48 ਆ ਨਾ 48 ਦੇ ਤਾਂ ਪਤਾ ਫੜਨੇ ਚਾਹੀਦੇ ਨਾ ਡਿਸਮਿਸ ਕਰੋ ਸਸਪੈਂਡ ਕਰੋ ਪਰ ਉਹਨਾਂ ਨੂੰ ਪਤਾ ਜੇ ਹੜਤਾਲੀਆਂ ਦੇ ਖਿਲਾਫ ਅਸੀਂ ਕਾਰਵਾਈ ਕਰਤੀ ਤਹਿਸੀਲਾਂ ਸਬਤ ਤਹਿਸੀਲਾਂ 'ਚ ਕੰਮ ਠੱਪ ਪੈ ਜਾਣਾ ਲੋਕ ਖੱਜਲ ਖਵਾਰ ਹੋਣਗੇ ਇਹ ਜਿਹੜੇ ਬੇਈਮਾਨ ਲੋਕ ਆ ਨਾ ਇਹ ਇਸੇ ਆੜ 'ਚ ਠੱਗੀਆਂ ਮਾਰਦੇ ਰਹਿੰਦੇ ਨੇ ਜੇ ਕੋਈ ਪੁਲਿਸ ਵਾਲਾ ਕਰਪਟ ਫੜ ਲਓ ਜਸ ਸਸਪੈਂਡ ਕਰ ਦੋ ਤੇ ਫਿਰ ਪੁਲਿਸ ਵਾਲੇ ਇਕੱਠੇ ਹੋ ਕੇ ਕਹਿਦੇ ਨਹੀਂ ਜੀ ਪੁਲਿਸ ਦਾ ਮੋਰਲ ਡਾਊਨ ਹੋ ਜਾਊਗਾ ਉਹ ਯਾਰ ਚੋਰਾਂ ਦੇ ਬਦਲੇ ਵੀ ਤੁਸੀਂ ਸਰਕਾਰਾਂ ਨੂੰ ਗਮਰਾਹ ਕਰਦੇ ਇਹ ਪੁਲਿਸ ਵਾਲੇ ਬਾਦਲ ਨੂੰ ਸਭ ਨੂੰ ਵੀ ਗਮਰਾਹ ਕਰਦੇ ਰਹੇ ਨੇ ਕੈਪਟਨ ਸਾਹਿਬ ਨੂੰ ਵੀ ਕਰਦੇ ਰਹੇ ਨੇ ਹੁਣ ਮੇਨੂੰ ਲੱਗਦਾ ਭਗਵੰਤ ਮਾਨ ਸਾਹਿਬ ਨੂੰ ਵੀ ਗਮਰਾਹ ਕਰ ਦੇਣਗੇ ਜਿਹੜਾ ਆਈਐਸ ਅਫਸਰ ਆਈਪੀਐਸ ਅਫਸਰ ਹੈ ਇਹ ਇੱਕ ਇਥੇ ਚੰਡੀਗੜ੍ਹ ਹੁੰਦੇ ਸੀ ਮਰ ਗਏ ਜਥੇਦਾਰ ਅੰਗਰੇਜ਼ ਸਿੰਘ ਬਡੇਹਰੀ ਸਾਹਿਬ ਉਹ ਕਹਿੰਦੇ ਹੁੰਦੇ ਅਸਲੀ ਇਹ ਜਿਹੜੇ ਹਿੰਦੁਸਤਾਨ ਦੀ ਜਿਹੜੀ ਲੌਬੀ ਆ ਜਿਹੜੀ ਹਿੰਦੁਸਤਾਨ ਦੇ ਵਿੱਚ ਜੇ ਬੇਈਮਾਨਾਂ ਦੀ ਗਿਣਤੀ ਕੀਤੀ ਜਾਵੇ ਨਾ ਇੱਕ ਤੇ ਕਹਿੰਦੇ ਨਾ ਪੋਲਿਟਿਸ਼ਨ ਪੋਲਿਟਿਸ਼ਨ ਬਦਨਾਮ ਜਾਦੇ ਨੇ ਆਈਐਸ ਅਫਸਰ ਆਈਪੀਐਸ ਅਫਸਰ ਇਹ ਅਸਲੀ ਇੱਕ ਸਟੱਡੀ ਹੋਈ ਸੀ ਅੱਜ ਤੋਂ ਕਈ ਸਾਲ ਪਹਿਲਾਂ ਬੇਈਮਾਨਾਂ ਦੇ ਵਿੱਚ ਇਹ ਟੌਪ ਤੇ ਨੇ ਤੇ ਜਥੇਦਾਰ ਅੰਗਰੇ ਅੰਗਰੇਸਿੰਗ ਬੜੇ ਹੀ ਅਕਸਰ ਕਹਿੰਦੇ ਹੁੰਦੇ ਕਿ ਅਸਲੀ ਜਿਹੜੇ ਆਈਪੀਐਸ ਆਈਐਸ ਅਫਸਰ ਨਾ ਜਿਹੜੇ ਲੁਟੇਰੇ ਨੇ ਬਾਲੂਟੇਰੇ ਜਿਹੜੇ ਨੱਠ ਠੱਗ ਜਿਹੜੇ ਦੇਸ਼ ਨੂੰ ਲੁੱਟ ਕੇ ਖਾ ਗਏ ਇਹ ਅਸਲੀ ਮਹਿਮੂਦ ਗਜ਼ਨਵੀ ਤੇ ਗੋਰੀ ਦੀਆਂ ਹਲਾਦਾਂ ਨੇ ਜਿਹੜੇ ਦੇਸ਼ ਨੂੰ ਖਾ ਗਏ ਨੇ ਪੋਲਿਟਿਸ਼ੀਅਨ ਨੰਬਰ 2 ਤੇ ਨੇ ਨੰਬਰ 1 ਤੇ ਅਗਰ ਪ੍ਰਸ਼ਟਾਚਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੀ ਜਿਹੜੀ ਹਾਈਐਸ ਤੇ ਆਈਪੀਐਸ ਲੌਬੀ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਹੁਤ ਸਾਰੇ ਇਮਾਨਦਾਰ ਵੀ ਨੇ ਪਰ ਬਹੁਤ ਸਾਰੇ ਬੇਈਮਾਨ ਵੀ ਨੇ ਉਹਨਾਂ ਕਰਕੇ ਦੇਸ਼ ਜਿਹੜਾ ਉਹ ਬਰਬਾਦ ਹੋਇਆ ਜਦੋਂ ਪੁਲਿਸ ਵਾਲੇ ISPS ਅਫਸਰ ਤੇ ਪੋਲਿਟਿਸ਼ਲ ਮਿਲ ਜਾਂਦੇ ਨੇ ਉਦੋਂ ਦੇਸ਼ ਬਰਬਾਦੀ ਦੇ ਕੰਢੇ ਤੇ ਪਹੁੰਚ ਜਾਂਦਾ ਹੈ